ਕੁੜੀਆਂ ਵੀ ਕਰਦੀਆਂ ਨੇ, ਕੁੜੀਆਂ ਵੀ ਫ੍ਰੈਂਡਸ਼ਿਪ ਹਾਂ ਹੋ ਜਾਂਦੀ ਹੈ। ਉਹਨੂੰ ਅਸੀਂ ਇੱਦਾਂ ਦੇਖਣਾ, ਚੋਰੀ ਚੋਰੀ ਦੇਖਣਾ ਵੀ ਇਹਨਾਂ ਅੱਖਾਂ ਵੀ ਨਾ ਮਿਲ ਜਾਣ ਕਿ ਸਾਡੇ 'ਤੇ ਨਾ ਅਸਰ ਹੋ ਜਾਏ। ਸੋ ਸਵਾਗਤ ਹੈ ਦੋਸਤੋ ਤੁਹਾਡਾ ਇੱਕ ਵਾਰ ਫਿਰ ਤੋਂ ਡੇਲੀ ਡੋਜ਼ ਟੀਵੀ ਚੈਨਲ ਦੇ ਉੱਤੇ, ਅਤੇ ਇਸ ਚੈਨਲ ਦੇ ਮਾਧਿਅਮ ਰਾਹੀਂ ਅੱਜ ਤੁਹਾਡੇ ਨਾਲ ਇੱਕ ਵਾਰਤਾਲਾਪ ਜਿਹੀ ਸਾਂਝੀ ਕਰਾਂਗੇ। ਕੁਝ ਕਹਿੰਦੇ ਨੇ ਕੁਐਸਚਨ ਹੁੰਦੇ ਨੇ ਸਵਾਲ, ਜਿਨ੍ਹਾਂ ਨੂੰ ਮੈਂ ਪੰਜਾਬੀ ਪੂਰਾ ਲਹਿਜਾ ਪੰਜਾਬੀ 'ਚ ਵਰਤਣਾ ਆ, ਕਿਉਂਕਿ ਮੈਂ ਚਾਹੁੰਦਾ ਹਾਂ ਕਿ ਪੰਜਾਬੀ ਨਾਲ ਵੀ ਜੋੜਿਆ ਜਾਵੇ, ਪੰਜਾਬੀ ਵਿਰਸੇ ਨਾਲ ਜੋੜਿਆ ਜਾਵੇ। ਮੇਰੇ ਨਾਲ ਪਹਿਲਾਂ ਸਹਿਯੋਗੀ ਸੱਜਣਾਂ ਦੀ ਗੱਲ ਕਰਾਂ ਕਿ ਮੇਰੇ ਨਾਲ ਨੇ ਤਨੂਪ੍ਰੀਤ ਕੌਰ, ਕਰਮਜੀਤ ਕੌਰ, ਇਹ ਮੇਰੇ ਸਹਿਯੋਗੀ ਸੱਜਣ ਨੇ। ਅਤੇ ਅਸੀਂ ਇੱਕ ਇਸ ਵੀਡੀਓ ਦੇ ਜ਼ਰੀਏ ਤੁਹਾਨੂੰ ਸਪਸ਼ਟ ਕਰ ਦਿੰਦੇ ਹਾਂ ਕਿ ਸਾਡਾ ਮਤਲਬ ਇਹ ਆ ਕਿ ਜਿਹੜੇ ਯੂਥ ਦੇ, ਯੂਥ ਨੂੰ ਪੰਜਾਬੀ 'ਚ ਕੀ ਕਹਿ ਸਕਦੇ ਹਾਂ ਆਪਾਂ, ਨੌਜਵਾਨ, ਬਿਲਕੁਲ ਨੌਜਵਾਨਾਂ ਦੇ ਜਿਹੜੇ ਸਵਾਲ ਹੁੰਦੇ ਆ ਨਾ, ਉਹ ਬੜੇ ਅਲੱਗ ਅਲੱਗ ਹੁੰਦੇ ਨੇ, ਉਹਨਾਂ ਦੀ ਸੋਚਣੀ ਅਲੱਗ ਹੀ ਤਰ੍ਹਾਂ ਦੀ ਹੁੰਦੀ ਹੈ, ਅਜੀਬ ਜਿਹੀ ਹੁੰਦੀ ਹੈ, ਜਿਹਨੂੰ ਮੈਂ ਅਲੱਗ ਨਹੀਂ ਅਜੀਬ। ਇੱਕ ਵਾਰੀ ਨਾ ਮੈਂ ਜਦੋਂ ਕਿਤੇ ਬੈਠੇ ਸੀਗੇ ਅਤੇ ਦੋਸਤ ਬੈਠੇ ਹੋਏ, ਉਹਨਾਂ ਨੇ ਬੜਾ ਅਜੀਬ ਜਿਹਾ ਸਵਾਲ ਕੀਤਾ ਮੈਨੂੰ। ਉਹ ਕਹਿੰਦੇ ਕਿ ਯਾਰ ਰਿਲੇਸ਼ਨਸ਼ਿਪ ਆ ਨਾ ਜਿਹੜਾ, ਇਹ ਬੜੇ ਤਰ੍ਹਾਂ ਨਾਲ ਦੇਖਿਆ ਜਾਂਦਾ ਰਿਲੇਸ਼ਨਸ਼ਿਪ ਨੂੰ। ਆਪਣਾ ਹਰੇਕ ਦੀ ਆਪੋ ਆਪਣੀ ਸੋਚ ਵੀ ਆ, ਅਤੇ ਮੈਂ ਵੀ ਸੋਚਦਾ ਹਾਂ ਕਿ ਹਾਂ ਇਹਦੇ ਵਿੱਚ ਸੋਚ ਸਾਰਿਆਂ ਦੀ ਅਲੱਗ ਅਲੱਗ ਆ, ਰਿਲੇਸ਼ਨਸ਼ਿਪ ਨੂੰ ਕੋਈ ਕਿਵੇਂ ਦੇਖ ਰਿਹਾ ਆ, ਹੈ ਨਾ। ਤਾਂ ਜੇ ਮੈਂ ਆਪਣੀ ਪਰਸਨਲੀ ਗੱਲ ਕਰਾਂ ਤਾਂ ਰਿਲੇਸ਼ਨਸ਼ਿਪ ਜਿਹੜਾ ਆ ਨਾ, ਉਹ ਇੱਕ ਬੜਾ ਸੈਂਸਿਟਿਵ ਵਰਡ ਆ, ਹੈ ਨਾ। ਇਹ ਟੁੱਟਣ ਲੱਗਿਆ ਤੜਕ ਕਰਕੇ ਟੁੱਟ ਜਾਂਦਾ, ਜਿਵੇਂ ਸ਼ੀਸ਼ਾ ਭੰਨਿਆ ਜਾਂਦਾ ਆ, ਅਤੇ ਹੈ ਨਾ। ਤਾਂ ਜੋੜਨ ਲੱਗਿਆ ਵੀ ਮਿੰਟ ਲਾਉਂਦਾ, ਇਹ ਨਹੀਂ ਮੈਨੂੰ ਪਤਾ, ਹਾਂ ਜੁੜਨ ਲੱਗਿਆ ਵੀ ਮਿੰਟ ਲਾਉਂਦਾ ਕਿਸੇ ਵੀ ਬੰਦੇ ਨਾਲ, ਅਟਰੈਕਸ਼ਨ ਦਿਲ, ਹਾਂ ਅਟਰੈਕਸ਼ਨ, ਦਿਲ ਮਿਲਨੇ ਬਹੁਤ ਛੇਤੀ ਮਿਲ ਜਾਂਦੇ ਆ। ਉਹ ਚੀਜ਼ਾਂ ਨੇ ਜਿਹੜੀਆਂ ਇਦਾਂ ਦੀਆਂ ਵੀ ਇਹ ਦਿਲ ਜੁੜਨੇ ਜਾਂ ਟੁੱਟਣੇ, ਇਹਨਾਂ 'ਚ ਅਲੱਗ ਅਲੱਗ ਤਰ੍ਹਾਂ ਦੇ ਨੇ। ਮੈਂ ਕਹਿੰਦਾ ਅਜੀਬ ਅਜੀਬ ਸਵਾਲ, ਜਦੋਂ ਕਿਤੇ ਰਿਲੇਸ਼ਨ ਹੋ ਤਾਂ ਜਾਵੇ ਤੁਹਾਡਾ, ਤੁਹਾਨੂੰ ਪਤਾ ਲੱਗ ਜੇ, ਅੱਖਾਂ ਖੁੱਲ੍ਹ ਜਾਂਦੀਆਂ ਬੰਦੇ ਦੀਆਂ ਵੀ ਰਿਲੇਸ਼ਨ ਹੈ ਕੀ ਅਸਲ, ਅਤੇ ਜੇ ਦੇਖਿਆ ਜਾਵੇ। ਪਰ ਰਿਲੇਸ਼ਨ ਜਿਸ ਉੱਦਾਂ ਇਹਨੂੰ ਬੰਦਾ ਦੇਖੇ ਨਾ, ਤਾਂ ਬੜਾ ਸਵਾਦ ਲੈਣ ਵਾਲਾ ਵਰਡ ਆ ਇੱਕ। ਤੁਸੀਂ ਆਪਣੇ ਆਪ ਨੂੰ ਸਕੂਨ ਵੀ ਦਵਾ ਸਕਦੇ ਹੋ, ਹੈ ਨਾ। ਉਹ ਸਕੂਨ ਪਰ ਇੱਦਾਂ ਆਉਂਦਾ ਨਹੀਂ, ਇਹਦਾ ਵੀ ਪੰਗਾ ਨਾ। ਉਹ ਗੱਲਾਂ ਆਪਾਂ ਕਰ ਜੀਦੀਆਂ ਨੇ ਵਧੀਆ ਕੈਮਰੇ ਦੇ ਉੱਤੇ, ਸੋਹਣੇ ਲੱਗਦੇ ਆਪਾਂ ਗੱਲਾਂ ਕਰਦੇ, ਸਕੂਨ ਕਰਦੇ, ਪਰ ਸਕੂਨ ਆਉਂਦਾ ਘੱਟ ਹੀ ਹੈ ਮੈਨੂੰ ਲੱਗਦਾ। ਜਦੋਂ ਨਾ ਮੈਂ ਕਿਸੇ ਨੂੰ ਪ੍ਰਪੋਜ਼ ਕਰਨਾ ਹੋਵੇ ਨਾ, ਉਹਦੇ 'ਤੇ ਬੜਾ ਮਜ਼ਾ ਆਉਂਦਾ ਵੀ ਯਾਰ ਜੰਨਤ ਮਿਲ ਗਈ, ਹੈ ਨਾ। ਤੇ ਜਦੋਂ ਪ੍ਰਪੋਜ਼ ਨਾ ਹੋਵੇ, ਉਦੋਂ ਵੀ ਸਵਾਦ ਹੀ ਆਉਂਦਾ ਆ, ਪਰ ਜੇ ਹਾਂ ਹੋ ਜਾਏ ਨਾ, ਉਹ ਸਵਾਦ ਕਿਰਕਰਾ ਹੋਣਾ ਸ਼ੁਰੂ ਹੋ ਜਾਂਦਾ ਆ, ਲੜਾਈਆਂ ਝਗੜੇ, ਬਸ ਫਿਰ ਸਮਝ ਲਓ ਪੁੱਠੀ ਗਿਣਤੀ ਸ਼ੁਰੂ ਹੋ ਗਈ। ਜੇ ਹਾਂ ਹੋ ਗਈ ਤੇ ਜੇ ਨਾ ਹੋ ਗਈ, ਮੈਨੂੰ ਲੱਗਦਾ ਫਿਰ ਮਜ਼ਾ ਜ਼ਿਆਦਾ ਆ। ਇੰਟਰਸਟ ਸਟੋਰੀ ਤਾਂ ਉਦੋਂ ਹੀ ਬਣਦੀ ਆ, ਕਹਿੰਦੇ ਨੇ ਰਿਲੇਸ਼ਨਸ਼ਿਪ 'ਚ ਨਾ ਸਭ ਤੋਂ ਵੱਧ ਸਵਾਦ ਉਦੋਂ ਹੀ ਆਉਂਦਾ ਜਦੋਂ ਓਪੋਜ਼ਿਟ ਜੈਂਡਰ, ਹੈ ਨਾ, ਜਾਂ ਕੁੜੀ ਹੈ ਜਾਂ ਮੁੰਡਾ, ਉਹ ਪਿੱਛੇ 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 ਚੱਲੀ ਜਾਵੇ ਜਿੰਨੀ ਦੇਰ, ਅਤੇ ਜਦੋਂ ਉਹ ਪਤਾ ਲੱਗੇ ਵੀ ਇਹਨੇ ਆ ਹੀ ਜਾਣਾ ਆ, ਆ 5 ਮਿੰਟਾਂ 10 ਮਿੰਟਾਂ ਬਾਅਦ ਇਹਨੇ ਮੁੜ ਕੁੜ ਕੇ ਆਉਣਾ, ਤੇ ਫਿਰ ਬੰਦੇ ਨੂੰ ਹੁੰਦਾ ਚੱਲ ਆ ਹੀ ਜਾਣਾ, ਆਪਾਂ ਨੂੰ ਕੀ ਲੋੜ ਆ ਮਨਾਉਣ ਦੀ। ਮੈਂ ਕਹਿੰਦਾ ਆ ਵੀ ਆਪਾਂ ਨੂੰ ਹਾਂ ਨਹੀਂ ਕਰਨੀ ਚਾਹੀਦੀ, ਹਾਂ ਨਹੀਂ ਕਰਨੀ ਚਾਹੀਦੀ, ਹੈ ਨਾ, ਐਟੀਟਿਊਡ ਰੱਖਣਾ ਚਾਹੀਦਾ। ਇੱਦਾਂ ਨਹੀਂ ਮੈਂ ਕਹਿੰਦਾ, ਸਹੀ ਆ, ਇਦਾਂ ਦੇ ਐਟੀਟਿਊਡ ਬੰਦਾ ਰੱਖੂਗਾ ਫੇਰ ਹੀ ਤਾਂ ਹੀ ਨਾ ਹੋਊਗੀ। ਦੇਖੋ ਮੈਨੂੰ ਨਾ ਪੈਰਾਂ ਥੱਲੇ ਕੱਢੋ ਨਾ, ਤੁਸੀਂ ਆਪਣੀ ਗੱਲ ਕਰੋ। ਮੈਂ ਤੁਹਾਨੂੰ ਕੀ ਕਿਹਾ ਸੀਗਾ, ਇਹਨਾਂ ਦੇ ਅਜੀਬ ਅਜੀਬ ਕੁਐਸਚਨ ਹੋਣੇ ਆ, ਤੇ ਉਹੀ ਗੱਲ ਹੋ ਰਹੀ ਆ। ਬਸ ਚਲੋ ਅੱਗੇ ਦੇਖਦੇ ਆ ਕੀ ਰੰਗ ਲਾਉਂਦੇ ਆ। ਆਇਓ, ਇੱਕ ਤਰਫਾ ਪਿਆਰ ਕਿਵੇਂ ਦਾ ਹੁੰਦਾ, ਇਹਨਾਂ ਦਾ ਦੇਖ ਲਓ ਇੱਕ ਤਰਫਾ ਪਿਆਰ। ਗੱਲ ਤਾਂ ਉਹੀ ਆ ਗਈ, ਇੱਕ ਤਰਫਾ ਪਿਆਰ ਵੈਸੇ ਸਹੀ ਰਹਿੰਦਾ ਆ ਮੇਰੇ ਹਿਸਾਬ ਨਾਲ, ਐਵੇਂ ਜਦੋਂ ਨਾ ਦੋ ਤਰਫਾ ਪਿਆਰ ਆ ਨਾ, ਮਜ਼ਾ ਨਹੀਂ ਆਉਂਦਾ। ਇੱਕ ਤਰਫੇ 'ਚ ਲਾੜੀ ਨਹੀਂ ਪਾਉਂਦੇ, ਇੱਕ ਤਰਫੇ 'ਚ ਕੀ ਹੁੰਦਾ, ਉਹ ਜਾ ਰਿਹਾ, ਉਹ ਯਾਰ ਉਹ ਕੋਠੇ ਦੇ ਬਨੇਰੇ ਦੇ ਪਾਸ, ਥੋੜ੍ਹੇ ਜਿਹੇ ਦਰਸ਼ਨ ਹੀ ਦੇ ਜੇ। ਮੈਂ ਆਪਣੇ ਟਾਈਮ ਦੀ ਗੱਲ ਦੱਸਦਾ, ਮੈਂ 10ਵੀਂ 11ਵੀਂ ਦੇ ਵਿੱਚ ਸੀਗਾ, ਅਤੇ ਮੈਂ ਪਹਿਲੀ ਵਾਰ ਰਿਲੇਸ਼ਨ, ਮੈਨੂੰ ਪਤਾ ਵੀ ਨਹੀਂ ਇੰਨਾ, ਹੁਣ ਅੱਜ ਕੱਲ੍ਹ ਦੇ ਬੱਚਿਆਂ ਵਾਂਗੂ ਨਹੀਂ ਸੀ, ਅਸੀਂ ਬੜੇ ਸੀਰੀਅਸ ਬੰਦੇ ਸੀਗੇ, ਅਤੇ ਸਾਨੂੰ ਨਾ ਜਦੋਂ ਕਹਿਣਾ ਵੀ ਪਤਾ, ਸਾਨੂੰ ਪਤਾ ਲੱਗਾ ਰਿਲੇਸ਼ਨ ਬਾਰੇ, ਅਤੇ ਸਕੂਲ ਦੇ ਵਿੱਚ ਸਾਨੂੰ ਪਤਾ ਲੱਗਾ ਵੀ ਇਹ ਕੁੜੀ ਦੀ ਇਸ ਮੁੰਡੇ ਨਾਲ ਆ, ਅਸੀਂ ਕਹਿਣਾ ਅੱਛਾ, ਅਸੀਂ ਉਸ ਕੁੜੀ ਨੂੰ ਇਸ ਤਰ੍ਹਾਂ ਦੇਖਣਾ ਕਿ ਯਾਰ ਅੱਛਾ ਕੁੜੀਆਂ ਵੀ ਕਰਦੀਆਂ ਨੇ, ਕੁੜੀਆਂ ਵੀ ਫ੍ਰੈਂਡਸ਼ਿਪ ਹਾਂ ਹੋ ਜਾਂਦੀ ਹੈ। ਉਹਨੂੰ ਅਸੀਂ ਇੱਦਾਂ ਦੇਖਣਾ, ਚੋਰੀ ਚੋਰੀ ਦੇਖਣਾ ਵੀ ਇਹਨਾਂ ਅੱਖਾਂ ਵੀ ਨਾ ਮਿਲ ਜਾਣ ਕਿ ਸਾਡੇ 'ਤੇ ਨਾ ਅਸਰ ਹੋ ਜਾਏ।